ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ। ਖੈਰ ਹੋ ਦੋਸਤੋ, ਠੀਕ ਹੋ? ਅਸੀਂ ਵੀ ਠੀਕ ਹਾਂ। ਰਾਤ ਗੱਡੀ ਖਾਲੀ ਕੀਤੀ ਅਸੀਂ ਸ਼ਹਿਰ ਦੇ ਵਿੱਚ, ਉੱਥੇ ਮੈਂ ਮੁੜ ਵੀਡੀਓ ਕੋਈ ਨਾ ਬਣਾਈ। ਰਾਤੀ ਇੰਨੇ ਹੋਇਆ, ਜਿੱਥੇ ਸਿਰਕੀ ਰੋਡ ਤੋਂ ਅੱਗੇ ਕੋਈ ਫਕੀਰ ਮੁਹੰਮਦ ਰੋਡ ਆ, ਉੱਥੇ ਗੱਡੀ ਖਾਲੀ ਕਰਨੀ ਆ। ਬੰਦੇ ਦਾ ਮਾਲ ਲਾਹਣਾ, ਉਹਦਾ ਜਿਹੜਾ ਹੈੱਡ ਮੁਨਸ਼ੀ ਆ, ਉਹ ਆਪਣਾ ਵੀਵਾਰ ਆ, ਉੱਥੇ ਗਿਆ। ਸਿਰ ਤੋਂ ਜਾਣ ਪਛਾਣ ਵਾਲਾ ਨਿਕਲਿਆ। ਖੈਰ, ਸੌੜਾ ਜਿਹਾ ਬਾਜ਼ਾਰ ਆ, ਤਾਰਾਂ ਸ਼ਹਿਰਾਂ ਵੀ ਉੱਚੀਆਂ ਕਰਨੀਆਂ ਪਈਆਂ। ਦੱਸਣ ਬਾਅਦ ਇਹ ਲੱਗਾ ਉਹਨਾਂ ਕਿ ਬਾਈ, ਇਹਦੇ ਕਿਰਾਇਆ ਤੁਹਾਨੂੰ ਕੱਲ੍ਹ ਮਿਲਣਾ ਤੁਹਾਡੇ ਅਕਾਊਂਟ 'ਚ। ਤੁਸੀਂ ਚਲੋ, ਕੋਈ ਮਸਲਾ ਨਹੀਂ, ਕਿਰਾਇਆ ਤਾਂ ਨਹੀਂ ਖੜੀਂਦਾ ਸਾਡਾ। ਉੱਥੋਂ ਗੱਡੀ ਛਿੱਕੀ ਆ ਗਿਆ ਸੀ ਹਜ਼ਾਰਗੰਜੀ ਟਰੱਕ ਅੱਡਾ। ਇਹ ਹਜ਼ਾਰਗੰਜੀ ਟਰੱਕ ਅੱਡਾ, ਨਾਲ ਹੀ ਫਰੂਟ ਸਬਜ਼ੀ ਮੰਡੀ, ਅਤੇ ਇੱਥੇ ਟਰੱਕ ਸਟੈਂਡ। ਸੁਣ ਬੜੋਨਾ ਯਾਰ, ਨਰਾਂ ਅਤੇ ਰਾਤ ਵਿੱਚ ਕੋਈ ਰੌਣਕ ਸ਼ੌਣਕ ਨਾ, ਕੋਈ ਗੱਡੀਆਂ ਗੁੱਡੀਆਂ ਦੀ ਆਮਦ ਰਫਤ ਕੋਈ ਨਾ। ਵੈਸੇ ਵੀ ਸਰਦੀਆਂ ਦੀ ਰਾਤ 'ਤੇ ਇਤਨਾ ਟਾਈਮ ਰਾਤ ਗਏ ਹੋ, ਇੰਨੀ ਹੁੰਦਾ। ਹੁਣ 2:00 ਵਜੇ ਆ ਕੇ ਗੱਡੀ ਲਾਈ। ਇੱਥੇ ਆਉਣ ਦਾ ਮਕਸਦ ਆਪਣਾ ਤੁਹਾਨੂੰ ਅੱਗੇ ਵੀ ਦੱਸਿਆ, ਫਰੰਟ ਐਕਸਲ ਪਵਾਉਣਾ ਇਨਸ਼ਾਅੱਲਾ। ਅੱਡੇ ਦੇ ਬਾਈ ਅਲਾਉਦੀਨ ਦਾ ਅੱਡਾ। ਅੱਡੇ ਵਾਲੇ ਨੂੰ ਤਾਂ ਮੈਂ ਰਾਤੀ ਤੰਗ ਨਹੀਂ ਕੀਤਾ, ਨਹੀਂ ਉਹਨੂੰ ਫੋਨ ਕੀਤਾ ਕਿ ਉਹਨੇ ਸੁੱਤੇ ਹੋਏ ਸਨ, ਮੈਂ ਕਿ ਹੁਣ ਕੀ ਨਿਸਤਾਰੂ ਕਰੀਏ। ਹੁਣ ਉੱਠਿਆ ਦੁਪਹਿਰੇ 7:30-8 ਵਜੇ ਦੇ ਬਾਅਦ, ਹਾਲੇ ਤੱਕ ਚੁੱਪ ਕੜੋਪ, ਬਿਲਕੁਲ ਕੋਈ ਮਾਰਕੀਟ ਦੇ ਰੌਣਕ ਨਹੀਂ। ਇੱਥੇ 10-11 ਤੋਂ ਬਾਅਦ ਰੌਣਕ ਬਣ ਸੀ, ਜਿਵੇਂ ਜਿਵੇਂ ਬੰਦੇ ਜਾਗੇ ਜਾਂ ਲੇਟ ਆਉਂਦੇ ਉਸ ਦਿਨ ਮਾਰਕੀਟਾਂ ਦੇ ਬੰਦੇ। ਅਤੇ ਅਸੀਂ ਇਨਸ਼ਾਅੱਲਾ ਉਹ ਥੜੀ ਵੀ ਸਦਿੰਦੇ ਹਾਂ, ਫਰੰਟ ਐਕਸਲ ਵੀ ਸਦਿੰਦੇ ਹਾਂ, ਉਹਦੀ ਤਲਾਸ਼ ਕਰਕੇ ਅਤੇ ਉਹ ਫਿੱਟ ਕਰੀ ਸਾਂ। ਪੁੱਤਾਂ ਘਰੀ ਐਡੇ ਵਾਲਾ ਜੇ ਉੱਠਿਆ ਵਧਾ, ਤਾਂ ਉੱਥੇ ਘੁੰਮੋ ਛੂੰਦੋ ਵੀ ਹੈ, ਉੱਠੀਏ। ਚੈਨਲ ਸਬਸਕ੍ਰਾਈਬ ਲਾਜ਼ਮੀ ਕਰ ਸੋ, ਨਾਲ ਲੱਗੇ ਹੋਏ ਘੰਟੀ ਦੇ ਬਟਨ ਨੂੰ ਹੀ ਆਲ 'ਤੇ ਕਰਨਾ, ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹਿਲੇ ਪਹੁੰਚੀ। ਹਰ ਦਿਨ ਹਜ਼ਾਰਗੰਜੀ ਟਰੱਕ ਸਟੈਂਡ, ਇੱਥੇ ਹਜ਼ਰਤ ਉਸਤਾਦ, ਇੱਕ ਹਜ਼ਰਤ ਉਸਤਾਦ ਇਹਦੀ ਵਰਕਸ਼ਾਪ 'ਤੇ ਆ ਗੱਡੀ ਲਾਈ। 2 ਕਾਬਲੇ ਟੁੱਟੇ ਹੋਏ ਦੇਣ, ਇਹ ਵੀ ਪਵਾਉਣੇ ਅਤੇ ਉਹ ਫਰੰਟ ਐਕਸਲ ਵਾਲਾ ਕੰਮ ਹੀ ਕਰ ਲਈ ਸਾਂ। ਕਾਬਲੇ ਇਹ ਕਾਬਲੇ ਵੀ ਪੈਂਦੇ ਸਨ, ਫਰੰਟ ਐਕਸਲ ਦਾ ਹੀ ਪਤਾ ਕਰਕੇ ਕਦੋਂ ਹੋ ਜਾਣਾ ਪੈਂਦਾ ਇਨਸ਼ਾਅੱਲਾ। ਫਰੰਟ ਐਕਸਲ ਚੇਂਜ ਕਰਨਾ ਲੱਭਦਾ ਵਰਤਿਆ, ਰੇਟ ਸ਼ੇਟ ਪੁੱਛਦਾ ਵਰਤਿਆ। ਮੈਂ ਵੀ ਸਾਹਿਬ ਮਾਰਕੀਟ ਹੀ ਫਿਰਿਆ, ਰਾਈਖਾਨ ਚੌਕ ਉਦੋਂ ਤਾਂ ਖੈਰ ਮਾਰਕੀਟਾਂ ਪਟੀਕ ਇੱਧੇ ਆ ਗਈਆਂ, ਅਤੇ ਸ਼ਾਲਕੋਟ ਤੋਂ ਹੀ ਥੱਲੇ ਕਰਕੇ ਜਦ ਤੱਕ ਮਾਰਕੀਟ ਦੇ ਵਿੱਚ। ਅਤੇ ਇਹ ਇੱਕ ਫਰੰਟ ਐਕਸਲ ਸਾਨੂੰ ਪਸੰਦ ਆਇਆ ਜੀ, ਐਸ ਜੀ ਵਾਲਾ 31 ਇੰਚ ਵਾਲਾ। ਇਹਦਾ ਮਸੌਦਾ ਕੀਤਾ ਜੀ 2,20,000 ਦੇ ਵਿੱਚ। ਅਤੇ ਇਹ ਹੁਣ ਖੁਲਾ ਕੇ ਨਾ, ਇਹ ਕਾਬਲੀ ਇਹ ਹੁਣ ਖੁਲਾ ਕੇ ਨਾ, ਡਰਮ ਸ਼ਰਮ ਤਾਂ ਹੈ ਨਾ, ਤਾਂ ਠੀਕ ਡਰਮ ਸ਼ਰਮ ਵੇਖ ਤੂੰ ਮਾਸ਼ਾਅੱਲਾ ਫਰੈਸ਼ ਹੈ, ਲੇਕਿਨ ਮੋੜ ਵੀ ਖੁਲਾ ਕੇ ਨਾ, ਆਖਿਆ ਵੀ ਇੱਕ ਤਾਂ ਬੈਰੰਗ ਸ਼ੈਰੰਗ ਚੈੱਕ ਹੋ ਜਾ ਸਨ, ਦੁਆ ਸਾਰੀ ਤਸੱਲੀ ਹੋ ਜਾ ਸੀ, ਕਿੰਗ ਪਿੰਨਾ ਅਰਸ਼ ਚਾਲੂ ਹੋ ਜਾ। ਬਾਰਡਰ 'ਤੇ ਸਮਾਨ ਪਿਆ ਪਤਾ ਨਹੀਂ ਕਿਤਨੇ ਦੇ ਪਿਆ ਰਹਿ ਜਾਂਦਾ। ਅਤੇ ਇਹ ਸਿੰਗਲ ਵੀਲ ਸਲਿੰਡਰ ਹੈ, ਅਤੇ ਇਹ ਇਹਨਾਂ ਆਖਿਆ ਵੀ ਇਹ ਤੈਨੂੰ ਨਾ ਅਸੀਂ ਸਾਰਾ ਚੈੱਕ ਮੈਕ ਕਰਕੇ ਖੋਲ੍ਹ ਕੇ
ਤਸੱਲੀ ਕਰਕੇ ਦਿੰਦੇ ਹਾਂ। ਅਤੇ ਇਹ ਪੀ ਸੀ ਆਮਿਰ ਐੱਸ ਜੀ ਵਾਲਾ, ਕਿਉਂ ਜੀ ਉਹਦੀ ਜਿਹੜੀ ਟੂਬ ਹੈ ਉਹ ਐੱਸ ਜੀ ਆ ਜੀ। ਇਹ ਆਮਿਰ ਪੀ ਸੀ ਅਤੇ ਆਮਿਰ ਵਾਲਾ ਜਿਹੜਾ ਫਰੰਟ ਐਕਸਲ ਹੈ ਨਾ ਸੁਪਰ ਵਾਲਾ ਉਹ ਲਈ ਸਾਂ ਮੈਂ ਪਾ ਇਨਸ਼ਾਲਾ, ਉਹ ਵੀ ਆਉਂਦਾ ਪਿਆ ਪਿੱਛੋਂ ਕਿੱਥੇ ਮੁੜ ਕੱਲ੍ਹ ਇਨਸ਼ਾਲਾ ਚੇਂਜ ਕਰ ਲਈ ਸਾਂਗਾ। ਮਿਸਤਰੀਆਂ ਦੇ ਨਾਲ ਇੱਕ ਨਿੱਕਾ ਜਿਹੀ ਹੋਟਲ ਹੀ ਹੈ, ਇੱਥੋਂ ਆਇਆ ਸੀ ਦੁਪਹਿਰਾਂ ਦਾ ਖਾਣਾ ਖਾਣ ਵਾਸਤੇ ਨਾ। ਇਹ ਹੈ ਰੋਟੀ ਸਾਈਂ, ਇਹ ਇਤਨੀ ਵੱਡੀ ਰੋਟੀ ਆ, ਇੱਕ ਇਹ ਦੋ ਰੋਟੀਆਂ ਨੇ ਇਸ ਤਰ੍ਹਾਂ ਦੀ, ਇੱਥੋਂ ਰੋਟੀ ਲੱਭਦੀ ਜੀ। ਇੱਕ ਅਸੀਂ ਖਾਧੀ ਬੈਠੇ ਹਾਂ, ਦੋ ਅਤੇ ਤਰੇ ਤਰੇ ਰੋਟੀਆਂ ਅਤੇ ਨਾਲ ਇੱਕ ਕਲੇਜੀ, ਦੋ ਪਲੇਟਾਂ ਨਾਲ ਹੈ। ਬੰਦੋ ਬੜਿੰਦਾ ਬੈਠਾ ਹੈ, ਨਾਦਰੀ ਰੱਡੇ 'ਤੇ ਅੱਗੇ ਬੈਠੇ ਰਹੇ ਬਾਈ ਅਲਾਉਦੀਨ ਦੇ ਕੋਲ, ਅਤੇ ਹੁਣ ਜਾਂਦੇ ਪਏ ਉਹ ਫਰੰਟ ਐਕਸ ਲਾ ਲਿਆ ਉਹਦੇ ਦੁਆਲੇ ਹੁੰਦੇ ਆ ਵੀ ਉਹ ਸੈਟਮੈਟ ਕਰਕੇ ਬੈਠਾ ਹੈ ਕੋਈ ਨਾ, ਅਤੇ ਗੱਡੀ ਸ਼ਾਮੀ ਅੱਡੇ 'ਤੇ ਲੈ ਗਏ ਸਾਂ ਰਾਤੀ ਥਾਈਂ ਸਾਂ ਦੀ ਸਾਂ ਦਾ ਖਿਆਲ ਰੱਖੇ। ਅਤੇ ਧੰਦਾ ਕੰਮ ਵੀ ਆ ਜਾ ਸੀ ਰਾਤੀ ਮਾਲ ਲਏ ਸੀ ਉਹ ਲਾ ਕੇ, ਅਤੇ ਕੱਲ੍ਹ ਮੁੜੇ ਵੱਟ ਗੀਰ ਕਰ ਲਈ ਸਾਂ ਇਦਲੀ ਥੜੀ ਇੱਦੇ ਅਤੇ ਇਦਲੀ ਇੱਦੇ। ਮੈਂ ਤੁਰੀ ਡੰਡਾ ਇਹਦਾ ਵਿਹਲਾ ਕਰ ਛੋੜਿਆ, ਡੰਡੇ ਤੋਂ ਸਾਈਡਾਂ ਖੋਲ੍ਹ ਕੇ ਸਾਰੀ ਹਰ ਸ਼ੈ ਅਨਜਨ ਕਰ ਛੋੜਿਆ ਨਾ, ਵੀ ਹਰ ਸ਼ੈ ਹੋ ਜਾ ਸੀ ਚੈੱਕ, ਅਤੇ ਬਾਕੀ ਜਿਹੜਾ ਸਮਾਨ ਖੁੱਲ੍ਹਾ ਪਿਆ ਨਾ ਉਹ ਤੁਹਾਨੂੰ ਵੇਖੇ ਨਾ। ਵੀ ਅੰਦਰ ਇਹ ਇੱਕ ਡਰੰਮ ਜੀ, ਡਰੰਮ ਠੀਕ ਹੈ ਅੱਛੀ ਹਾਲਤ 'ਚ, ਦੂਆ ਡਰੰਮ ਵੀ ਅੱਛੀ ਹਾਲਤ 'ਚ। ਬਾਕੀ ਇਹ ਸਪਿੰਡਲ ਵਗੈਰਾ ਕੈਂਕਿਨਾ ਵਗੈਰਾ, ਇੱਕ ਬੈਰੰਗ ਪੈ ਦੇਣ ਵੀ, ਇੱਕ ਬੈਰੰਗ ਥੋੜ੍ਹਾ ਖਰਾਬ ਆ ਉਹ ਪੈ ਦੇਣ ਅਸਾਂ ਉਹ ਵੀ ਬਦਲੀ ਕਰ ਛੋੜਿਆ, ਅਤੇ ਬਾਕੀ ਲੈਦਰ ਸ਼ੈਦਰ ਮਾਸ਼ਾਅੱਲਾ ਠੀਕ ਹੈ, ਜੈਨੂਅਨ ਲੈਦਰ ਹੈ ਇਹ ਪੈ। ਉਹਦੇ ਕੁਝ ਫਿੱਟ ਕਰ ਗਿਆ ਅਤੇ ਕੁਝ ਅੰਦਰ ਕਰਨਦੇ ਭੈਣ ਕੰਮ, ਅਤੇ ਉਮੀਦ ਕਰਨਾ ਜੱਟ ਤਾਈਂ ਮੁਕੰਮਲ ਹੋ ਗਿਆ ਸੀ ਜਿੱਦਾਂ ਤਰੀਨ ਥੜੀ ਤਾਂ ਉਹ ਫਿੱਟ ਕਰਦੇ ਪਏ ਹਨ। ਦੇਖੋ ਥੋੜ੍ਹਾ ਜਿਹਾ ਕੰਮ ਪਿਆ ਰਹਿ ਜਾਣਾ, ਸੁਬਹ ਸੁਬਹ ਅਸੀਂ ਵਕਤੀ ਆ ਕੇ ਉਹ ਕੰਮ ਮੁਕਾ ਕੇ ਤੈਨੂੰ ਨਾ 9 ਵਜੇ ਤੋਂ ਪਹਿਲੇ ਇਨਸ਼ਾਲਾ ਥੜੀ ਦੀ ਸਾਂ, 9 ਵਜੇ ਤੋਂ ਪਹਿਲੇ ਵਾਲਾ ਤਾਂ ਕੂੜ ਹੈ, ਅਤੇ ਇਹ ਵੀ 9:30 ਤਾਂ ਵੀ ਦੇ ਛੋੜਦਾ, 10 ਵਜੇ ਤਾਂ ਵੀ ਦੇ ਛੋੜੇ ਨਾ ਤਾਂ ਵੀ ਕੋਈ ਮਸਲਾ ਨਹੀਂ। ਖੈਰ ਇੱਦਾਂ ਤਾਂ ਕੰਮ ਹੀ ਆ ਜਾ ਸੀ। ਇੱਕ ਤੁਹਾਨੂੰ ਹੋਰ ਗੱਲ ਦੱਸਦਾ ਜਾਵਾਂ, ਜਿਵੇਂ ਸਾਡਾ ਜ਼ਹਿਨ ਹੁੰਦਾ ਨਾ ਵੀ ਕੋਇਟੇ ਵਾਲੀ ਪਾਸੋਂ ਗੱਡੀਆਂ ਸਸਤੀਆਂ ਨੇ ਜਾਂ ਸਮਾਨ ਸਸਤਾ ਹੈ, ਇਹ ਗੱਲ ਗਲਤ ਹੀ ਨੇ। ਅੱਗੇ ਜਦੋਂ ਬਾਰਡਰ ਖੁੱਲ੍ਹਾ ਹੁੰਦਾ ਉਦੋਂ ਤਾਂ ਸਮਾਨ ਆਉਂਦਾ ਜਾਂਦਾ ਅਤੇ ਉਸ ਵੇਲੇ ਸ਼ੈ ਵਾਰੇ ਦੀ ਲੱਭ ਜਾਂਦੀ ਆ, ਲੇਕਿਨ ਹੁਣ ਉਹ ਗੱਲ ਕੋਈ ਨਹੀਂ, ਹੁਣ ਚੰਗੀ ਸ਼ੈ ਦਾ ਹਰ ਪਾਸੇ ਰੇਟ ਇੱਕੋ ਜਿਹਾ ਮੇਰੇ ਘਰ, ਉਹ ਥੋੜ੍ਹਾ ਹੀ ਫਰਕ ਹੋ ਸੀ। ਖੈਰ ਬਾਕੀ ਆਮਿਰ ਰਾਤੀ ਆ ਜਾ ਸੀ ਸੁਬਹਾ ਇਨਸ਼ਾਲਾ ਇੱਥੋਂ, ਉਹ ਥੜੀਆਂ ਦੀ ਵੱਟ ਗੀਰ ਕਰਸਾਂ, ਆਮਿਰ ਵਾਲੀ ਮੈਂ ਪੈਸਾਂ ਮੈਂ ਆਪਣੀ ਕਬਾੜ ਵਿੱਚ ਸਾਂ, ਇਹ ਮੈਂ ਇੱਥੇ ਲੈਣੀ ਤਾਂ ਐਵੇਂ ਇਹ ਥੜੀ ਮੇਰੇ ਵਾਲੀ, ਅਤੇ ਆਮਿਰ ਉਹ ਐਸ ਜੀ ਵਾਲੀ ਪਾ ਲਈ ਜੀ। ਦੋਸਤੋ ਰਾਤ ਅਸਾਂ ਗੁਜ਼ਾਰੀਏ ਬਾਈ ਅਲਾਉਦੀਨ ਸਾਹਿਬ ਦੇ ਅੱਡੇ ਦੇ ਵਿੱਚ, ਮੁੜ ਆਇਆ ਮਿਸਤਰੀ ਦੇ ਕੋਲ, ਅਤੇ ਇੱਥੋਂ ਅੱਜ ਅਸਾਂ ਹੈ ਫਰੰਟ ਐਕਸਲ ਚੇਂਜ ਕਰਾਉਣ ਵਾਲਾ ਖਿਆਲ ਰੱਖੇ। ਆਮਿਰ ਨਾਲ ਵੀ ਰਾਬਤਾ ਕਰਨ ਦਿਆ ਵੀ ਆਮਿਰ ਦੀ ਕੀ ਲੋਕੇਸ਼ਨ ਹੈ ਕੀ ਪੋਜੀਸ਼ਨ ਹੈ। ਇੱਥੇ ਸੁਬਹ ਸੁਬਹ ਕਰ ਲੈਂਦੇ ਹਾਂ ਨਾਸ਼ਤਾ, ਨਾਸ਼ਤਾ ਕੀ ਹੈ ਚਾਹ ਲੈਣ ਪਏ ਇੱਥੇ ਜਾਂ ਕਾਹਵਾ ਹੁੰਦਾ। ਪਾਣੀ ਵਾਲਾ ਸੱਦਿਆ ਉਸ ਮਿਸਤਰੀ ਕੋਲ ਮੁੜ ਆਇਆ ਨਾ,
ਕਮਾਣੀ ਵਾਲਾ ਸੱਦਿਆ ਹੀ ਸੀ, ਹੁਣ ਰਕਾਬਾਂ ਢਿੱਲੀਆਂ ਕਰੇ ਸੀ, ਅਸੀਂ ਕਾਬਲੇ ਕੁਬਲੇ ਢਿੱਲੇ ਕਰ ਛੋੜੇ, ਰਕਾਬਾਂ ਢਿੱਲੀਆਂ ਕਰੇ ਸੀ, ਅਸੀਂ ਟਾਇਰ ਲਾ ਛੱਡਤਾ। ਹਾਂ ਕੀ ਆ ਨਹੀਂ ਅਲਾ ਛੋੜ ਤਾਂ ਸਹੀ ਦੇਣਾ, ਆ ਛੋੜ ਤਾਂ ਸਹੀ, ਕਮਾਣੀ ਵਾਲਾ ਰਕਾਬਾਂ ਢਿੱਲੀਆਂ ਕਰ ਸੀ, ਅਸੀਂ ਟਾਇਰ ਖੋਲ੍ਹ ਕੇ ਨਾ ਟਾਇਰਾਂ ਵਾਲੀ ਮਸ਼ੀਨ ਆਇਆ ਹੀ ਖਲੋਤੀ ਆ, ਟਾਇਰ ਖੁਲਵਾ ਕੇ ਰਿਮ ਦੀ ਸਾਂ ਰਿਮਾਂ ਲੈਣ ਪਲੇਟ ਲਵਾ ਲਈ ਸਾਂ ਚੈਨ ਦੀ ਪਲੇਟ, ਅੱਗੇ ਕੱਲ੍ਹ ਪਰ ਰੇਟ ਪੁੱਛ ਕੇ ਆਇਆ ਮੂੰ ਚੈਨ ਦੀ ਪਲੇਟ ਜਿਹੜੀ ਨਾ 8,000 ਦੀ ਲਾ ਕੇ ਦਿੰਦੇ, ਕੋਈ ਥੋੜ੍ਹਾ ਜਿਹਾ ਟਰਾਈ ਕਰਸਾਂ ਵੀ ਕੋਈ ਘਟਾ ਉਹ ਇਸ ਰਿਮ ਵਾਲਾ ਉਹ ਨਾਲ ਹੀ ਕੋਈ ਨਾ ਆਵੇ ਤੇ ਪਿਓ ਰਿਮ ਸਾਰਾ ਕੱਢ ਗਿਆ ਪਿਆ, ਸਾਰੇ ਕੰਮ ਮੁੜ ਇਕੱਠੇ ਹੋ ਜਾਏ, ਰਿਮ ਨੂੰ ਪਲੇਟ ਹੀ ਲੱਗ ਜਾ ਸੀ 8 ਨੱਟੀ, ਇਹ ਪਲੇਟ ਤੋਂ ਉਹਨੀ ਲਵਾਉਣੀ ਆ ਉਹਨੀ, ਚਲੋ 8 ਨੱਟੀ ਲੱਗ ਜਾ ਸੀ। ਕਮਾਣੀ ਵਾਲੇ ਥੜੀ ਖੁੱਲ੍ਹਦੇ ਵਾ ਦਿਨ ਅਤੇ ਟਾਇਰਾਂ ਵਾਲੇ ਤੋਂ ਆਖਿਆ ਵੀ ਟਾਇਰ ਸਾਨੂੰ ਪੱਟ ਕੇ ਅਸਾਂ ਰਿਮਾਂ ਨੂੰ ਪਲੇਟਾਂ ਲਵਾਉਣੀਆਂ 8 ਨੱਟੀਆਂ, ਪਲੇਟਾਂ ਅਸੀਂ ਲਵਾ ਲਵੀਏ ਤਾਂ ਮੁੜ ਸਾਨੂੰ ਫਿੱਟ ਕਰਕੇ ਦੇਵੀ, ਦੋਵਾਂ ਟਾਇਰਾਂ ਦੀ ਮਜ਼ਦੂਰੀ 600 ਰੁਪਈਆ। ਇਹ ਹੁੰਦਾ ਜੀ ਮੋਬਾਇਲ ਟਾਇਰ ਪੰਕਚਰ ਵਾਲਾ, ਇਹ ਰਿਕਸ਼ੇ ਦੇ ਵਿੱਚ ਨਾ ਸਾਰਾ ਸਮਾਨ ਲਈ ਵਧਾ, ਰਿਕਸ਼ੇ ਦੇ ਵਿੱਚ ਟਾਇਰਾਂ ਦਾ ਸਾਰਾ ਸਮਾਨ, ਪੰਚਰ ਦਾ, ਟਾਇਰ ਕਾਬਲੇ ਖੋਲ੍ਹਣ ਦਾ ਸਾਰਾ ਸਮਾਨ ਇਹਦੇ ਕੋਲ ਮੌਜੂਦ ਆ, ਤਾਂ ਮਸ਼ੀਨ ਹੀ ਪਈ ਸੀ ਖੋਲ੍ਹਣ ਵਾਲੀ। ਇਹ ਰਿਮਾਂ ਵਾਲੇ ਦੀ ਚਾਂਦ ਗਾੜੀ ਹੈ ਜੀ, ਇਹ ਬੱਚਾ ਲੈ ਕੇ ਆਇਆ ਅਤੇ ਰਿਮ ਇਹ ਲੈ ਕੇ ਜਾਸੀ, ਇਹਦੀ ਪਲੇਟ ਲੱਗ ਜਾ ਸੀ 8 ਨੀਤੀ, ਪਹਿਲੇ ਹੈ 6 ਨੀਤੀ। ਤੂੰ ਸ਼ਗਿਰਦ ਉਹਨਾਂ ਦਾ, ਤੂੰ ਉਹਨਾਂ ਦਾ ਸ਼ਗਿਰਦ ਹੈ, ਰਿਮਾਂ ਵਾਲੇ ਕੋਲ ਆਇਆ ਰਿਮਾਂ ਵਾਲੇ ਕੋਲ, ਇਹਦੇ ਕੋਲ ਪਲੇਟਾਂ ਲਵਾਉਣੀਆਂ 8 ਨੱਟੀਆਂ, ਇਹ ਪਲੇਟ, ਇਹ ਪਲੇਟ ਹੈ ZX ਦੀ ਚੈਨ ਦੀ, ਅਤੇ ਚੈਨ ਦੀ ZX ਦੇ ਰਿਮ ਜਾਂ ਪਲੇਟਾਂ ਇਹ ਚੰਗੀਆਂ ਗਿਣਦੇ ਨੇ, ਸਟਾਰ ZX, ਅੱਛਾ ਸਟਾਰ ਕਈ ਇਜ਼ਾਫਾ ਹੋ ਗਿਆ ਸਾਥ ਨੂੰ, ਇਹ ਪਲੇਟ ਸਾਈ ZX ਦੀ, ਇਹ ਪਹਿਲੇ ਲਾ ਕੇ ਤੁਹਾਨੂੰ ਟੂਲ ਸ਼ੂਲ ਲਾ ਕੇ ਇਨਫਿਟ ਕਰਕੇ ਦਿਸਾਂ, ਇਸ ਲੋ ਕਿ ਫਿਰ ਇਸ ਤਰ੍ਹਾਂ ਨਾ ਕਰੇ ਸਹੀ। ਚਲੋ ਫਰੰਟ ਥੜੀ ਤੇ ਜਨਾਬ ਕਮਾਣੀ ਵਾਲਿਆਂ ਲਾ ਛੋੜੀਏ, ਇਸਦਾ ਰੇਟ ਪੁੱਛਿਆ ਇੱਥੇ ਵੀ ਵੇਚ ਛੁੜੇ ਨੇ ਸਾਡੇ ਤੇ ਹੁਣ ਕੰਮ ਦੀ ਕੋਈ ਨੀ, ਅਤੇ ਇਹ ਲੈਂਦੇ ਨੇ ਜੀ ਕਿਸੇ 25,000 ਰੁਪਈਆ ਆਖਿਆ, ਅਤੇ ਕਿਸੇ ਆਖਿਆ ਜੀ 22,000 ਰੁਪਈਆ, ਅਤੇ ਲੈਣ ਜਿਹਾ ਵੀ ਇੱਥੇ ਖਾਲੀ ਆ ਜਿਹੜਾ ਡਰੰਮ ਨਹੀਂ ਆ, ਡਰੰਮ 12,000 ਰੁਪਈਏ ਦੇ ਖਾਲੀ ਡਰੰਮ ਦਿੰਦੇ ਆਏ ਕਾਬਲਾ, ਚਲੋ ਪੁਰਾਣਾ ਕਰਕੇ ਇਹਦੇ ਵੀ ਹੈ ਨਾ ਨਵਾਂ 8-900 ਦਾ ਹੈ, ਕੱਲ੍ਹ ਕਿੰਨੇ ਦਾ ਆਇਆ ਕਾਬਲੇ 740 740 ਦਾ ਨਵਾਂ, ਚਲੋ ਪੁਰਾਣਾ 400 ਦਾ ਤਾਂ ਲਿਸਟ ਨਹੀਂ ਸਹੀ,
400 ਦੇ ਇੱਕ ਕਾਬਲੇ 2400 ਤੇ 2400 48 5000 ਦੇ ਤੇ ਕਾਬਲੇ ਨੇ। ਬਹਰਹਾਲ ਜਿਸ ਵੇਲੇ ਆਪਣੀ ਸ਼ਾਇਦ ਦੇਣੀ ਹੋਵੇ ਉਸ ਲਈ ਨਹੀਂ ਹੁੰਦਾ। ਇੱਥੋਂ ਲੈ ਕੇ ਜਾ ਨਹੀਂ ਸਕਦੇ ਅਸੀਂ ਪੰਜਾਬ ਵਿੱਚ, ਇੱਥੋਂ ਲੈ ਜਾ ਵੀ ਰਾਹ ਦੇ ਵਿੱਚ ਕਸਟਮ ਵਾਲਿਆਂ ਸਾਨੂੰ ਜੱਟ ਲੈਣਾ ਆਖਣਾ ਇਹ ਕੀ ਹੈ। ਅਗਰ ਉੱਧਰ ਲੈ ਜਾ ਨਿਕਲੀ ਤਾਂ ਉੱਥੇ ਚਲੋ ਕੋਈ ਸਹੀ ਰੇਟ ਵੇਖ ਪਵੇ ਆ। ਮਾਸ਼ਾਅੱਲਾ ਥੜੀ ਆਪਣੀ ਐਸ ਜੀ ਵਾਲੀ ਇਹ ਹੋ ਗਈ ਫਿੱਟ ਮੁਕੰਮਲ ਤਿਆਰ, ਗਰੀਸ ਸ਼ਰੀਸ ਹੋ ਗਈਆਂ, ਵਾਸ਼ਲਾਂ ਪੈ ਗਈਆਂ, ਸਾਰਾ ਕੁਝ ਹਰਸ਼ ਹੈ, ਰੈਡੀ ਬਲੈਡੀ। ਬਾਕੀ ਅੱਲਾ ਪਾਕ ਬਿਹਤਰ ਕਰ ਸੀ, ਅੱਲਾ ਪਾਕ ਖੈਰ ਖਰੀਅਤ ਦੇ ਨਾਲ ਚਲੇ ਸੀ ਗਿਆ। ਹੁਣ ਇੰਤਜ਼ਾਰ ਹੈ ਸਿਰਫ ਆਮਿਰ ਦਾ, ਆਮਿਰ ਗੱਡੀ ਖਾਲੀ ਕੀਤੀ ਖਲੋਤਾ ਹੈ ਔਰ ਉਮੀਦ ਕਰਨਾ ਕੋਈ ਘੰਟੇ ਡੇਢ ਤੱਕ ਨਾ ਆ ਜਾ ਸੀ, ਉਹਦਾ ਇੰਤਜ਼ਾਰ ਹੈ। ਉਹਦੀ ਮੈਂ ਉਸੀ ਤੋਂ ਮੁੜ ਇਹ ਚਾਹ ਕੇ ਉਸ ਨੂੰ ਫਿੱਟ ਕਰ ਸਕਦਾ ਇਨਸ਼ਾਅੱਲਾ। ਇਹ ਕੀ ਡਿਜ਼ਾਈਨ ਹੈ ਓਏ, ਆਪਾਂ ਗੱਡੀ ਵਾਲੇ ਤੇਲ ਪਰ ਤਬਦੀਲ ਕਰਨ ਦੇ, ਉੱਥੋਂ ਕਾਲਾ ਜਿਹੜਾ ਨਾ ਉਹ ਸਿਰ ਹੀ ਲਾ, ਵਾਲ ਹੀ ਕਾਲੇ ਹੋ ਜਾਸਨ ਅਤੇ ਤੰਦਰੁਸਤ ਹੋ ਜਾਸੀ ਤੇਰਾ ਸਿਰ ਵੀ। ਮਾਸ਼ਾਅੱਲਾ ਜੀ ਰਿਮ ਦਾ ਵੀ ਅੱਲਾ ਕੀਤਾ, ਇੱਕ ਪਲੇਟ ਮੇਰੇ ਖਿਆਲ ਲੱਗੀ ਪਈ, ਉਹ ਦੂਏ ਦੀ ਇਹ ਪਲੇਟ ਲੱਗਦੀ ਪਈ। ਨਾਦਰੀ ਨਾ ਮੇਰੀ ਆ ਗਿਆ ਖਾਲੀ ਖੁੱਲੀ ਕਰਕੇ ਨਾ, ਅਤੇ ਹੁਣ ਇਹਦੇ ਖੁੱਲਿੰਦੇ ਪਏ, ਇਹਦੀ ਥੜੀ ਖੁੱਲਿੰਦੇ ਹਾਂ, ਖੋਲ੍ਹ ਕੇ ਉਹਨੂੰ ਪਹਿਨੇ ਹਾਂ ਅਤੇ ਇਹਨੂੰ ਨਵੀਂ ਪਹਿਨੇ ਹਾਂ। ਹੁਣ ਚਾਹੋ ਅਸੀਂ ਥੜੀ ਚਾਹ ਕੇ ਨਾ ਲੈ ਕੇ ਜਾਣੀ ਉਹਦੇ ਗੱਡੀ ਦੇ ਕੋਲ, ਅਤੇ ਇਹਦੇ ਅਸੀਂ ਕਰੇਨ ਦੇ ਜ਼ਰੀਏ, ਇਹ ਕਰੇਨ ਮੰਗਾਈਏ, ਕਰੇਨ ਵਾਲੇ 1000 ਰੁਪਏ ਵਾਲੀ ਸੀ, 1000 2000 ਮੰਗਦਾ 1000 ਇਸ ਗੱਲ ਹੋਈ, ਅਤੇ ਇਹ ਚਾਹ ਕਿਤੇ ਇਨਸ਼ਾਅੱਲਾ। ਦਰਮਿਆਨ ਦੇ ਵਿੱਚੋਂ ਤੇ ਜੰਜੀਰ ਤੇ ਸੀ, ਜੰਜੀਰ ਪਾ ਕੇ ਨਾ ਮੋੜ ਇਸ ਕੁੰਡੇ ਦੇ ਵਿੱਚ ਚੈੱਕ ਕੇ ਉੱਤਮ ਰਹੇ ਸੀ। ਕਰੇਨ ਵਾਲੇ ਬਾਈ ਦੇ ਨਾਲ ਜਾ ਰਹੇ ਸੀ ਉਹ ਗੱਡੀ, ਪਰ ਥੋੜ੍ਹਾ ਜਿਹਾ ਸਫ਼ਰ ਹੈ ਜਿੱਥੋਂ ਅਸੀਂ ਥੜੀ ਚਾਹੀਏ ਚਾਹ ਕੇ ਅਤੇ ਜਾਣਾ ਹੈ ਆਪਣੀ ਗੱਡੀ ਦੇ ਕੋਲ ਇਨਸ਼ਾਅੱਲਾ।
ਲਓ ਜੀ ਮੌਜਾਂ ਹੀ ਮੌਜਾਂ, ਸਹੂਲਤਾਂ ਕਿਹੜੀਆਂ ਨੇ। ਕਰੇਨ ਦੇ ਨਾਲ ਹੁਣ ਤੋੜ ਇੱਥੇ ਸਿੱਟੇ ਸੀ, ਇੱਥੇ ਫਰੰਟ ਤੋੜ ਲਿਆ ਸੀ ਅਸੀਂ, ਉੱਥੇ ਵੀ ਆ ਤਾਂ ਜੰਜੀਰਾਂ ਨਾਲ ਛਿੱਕ ਛਿੱਕ ਕੇ ਮਾਰ ਜਾਣ। ਸਾਜੀ ਉਧਰ ਥੋੜ੍ਹਾ ਅੱਗੋਂ ਇੱਕ ਬੰਦਾ ਨੱਪੀ ਆਉਂਦਾ ਜੋ ਇੱਦਾਂ ਦੇ ਗੱਡੀ ਗੱਡੀ ਦੇ ਨਾਲ ਨਾ ਲੱਗੇ। ਇਸ ਤੋਂ ਅਗਾਂਹ ਵਾਧਾ ਨਹੀਂ ਆਉਂਦਾ ਜੀ, ਇਸ ਤੋਂ ਅਗਾਂਹ ਲੰਬਾਈ ਮੌਕੀ ਉਹਦੀ। ਚਲੋ ਕਿਵੇਂ ਰੇਡ ਛੇੜ ਕੇ ਲਾਇਆ ਉਸ ਭਾਈ, ਬਹੁਤ ਸ਼ੁਕਰੀਆ ਮਿਹਰਬਾਨੀ, ਅੱਲਾ ਹਾਫਿਜ਼। ਲੈ ਬਈ ਬੇਲੀਆਂ ਚੈੱਕ ਹੀ ਲਈ ਥੜੀ ਬਈ, ਬਾਰੀਆਂ ਨਾਲੋਂ ਰਬਰ ਕਰਕੇ ਨਾ ਜਿੰਦਾਬਾਦ ਜਿੰਦਾਬਾਦ, ਬੰਦਾ ਬਲਾਂ ਹੈ। ਚਲੋ ਜੀ ਰਿਮਾਂ ਨੂੰ ਪਲੇਟਾਂ ਲੱਗ ਕੇ ਆ ਗਈਆਂ ਜ਼ੈਡ ਐਕਸ ਦੀਆਂ, ਚਾਈਨਾ ਦੀਆਂ ਰਿਮਾਂ ਪਲੇਟਾਂ, ਚਾਈਨਾ ਦੇ ਜ਼ੈਡ ਐਕਸ ਦੇ ਰਿਮ ਚੰਗੇ ਗਿਣੇ ਜਾਂਦੇ ਅਤੇ ਚਾਈਨਾ ਦੀਆਂ ਇਹ ਪਲੇਟਾਂ ਵੀ ਚੰਗੀਆਂ ਗਿਣੀਆਂ ਜਾਂਦੀਆਂ। ਇਹਨਾਂ ਨੂੰ ਜਾ ਕੇ ਹੁਣ ਦਿੰਦੇ ਹਾਂ ਪੈਸੇ। ਜੀ ਦੋਸਤੋ ਥੜੀ ਲਟਕਾ ਲਈ ਬੇਲੀਆਂ, ਟੀਮ ਇਹਨਾਂ ਦੀ ਪੂਰੀ ਆ, ਕਮਾਣੀਆਂ ਲੈਂਦੀ ਨਾ, ਇੱਦਾਂ ਵੀ ਜੁੜੇ ਬੈਠੇ ਨੇ ਅਤੇ ਇੱਧਰ ਵੀ, ਇੱਧਰ ਮੇਰੇ ਖਿਆਲ ਕੱਸ ਗਏ ਨਾ ਟਾਇਰ, ਅਸੀਂ ਝਾੜੀਏ ਹੋਇਆ ਲਈ ਤੂੰ ਉਹਨੇ ਟਾਇਰ ਝਾੜਾ ਆਖੇ ਸਰ। ਕਾਬਲੇ ਸ਼ਾਬਲੇ ਨਵੇਂ ਦਾਦਰੀ ਦੇ, ਜਿਹੜੇ ਕਾਬਲੇ ਨਹੀਂ ਨਵੇਂ, ਇਹ 11,000 ਦੇ 8 ਕਾਬਲੇ ਚਾਈਨਾ ਦੇ, ਬਲਕਿ 16 ਸੋਰੀ 11,000 ਦੇ 16 ਏਮ ਤਾਂ ਜ਼ੈਡ ਐਕਸ ਦੇ। ਆਮਿਰ ਖਾਨ ਦੀ ਹੁਣ ਹਸਰਤ ਪੂਰੀ ਹੋ ਗਈ, ਹੁਣ ਖੁਸ਼ ਹੋਇਆ ਖਲੇ, ਗਟੂਟ ਹੋਇਆ ਖਲੇ, ਵੀ ਐਸ ਜੀ ਦੀ ਥੜੀ ਮੇਨ ਜੋੜ ਗਈ ਵੀ ਬ੍ਰੇਕ ਚੰਗੀ ਬਣ ਸੀ। ਰਿਮ ਵੀ ਆ ਗਏ, ਟਾਇਰਾਂ ਵਾਲਾ ਬਿੱਲ ਵੀ ਆ ਗਿਆ, ਹੁਣ ਇੱਕ ਅਸੀਂ ਫਿੱਟ 140 ਹਵਾ ਕਰਾ ਕੇ ਇਨਸ਼ਾਅੱਲਾ ਮੋਟ ਕਸ ਛੁੱਟਦਾ। ਇੱਕ ਗੋਲੀ ਚੇਂਜ ਕਰਨੀ ਪੈਂਦੀ ਟਾਇਰ, ਇੱਕ ਗੋਲੀ ਚੇਂਜ ਕਰਨੀ ਪੈਂਦੀ ਪਈ ਹੈ ਟਾਇਰ ਰਾਡ ਵਾਲੀ ਦੀ, ਗੋਲੀ ਇੱਥੋਂ ਵਾਲੀ ਇਹ ਸਾਡੀ ਨਾਲ ਲੱਗ ਸੀ, ਹੋਰ ਕੋਲੋਂ ਆਪਣੀ ਬਸ ਇਧਰ। ਕੋਇਟਾ ਮੇ ਸਰਦੀ ਜ਼ਿਆਦਾ ਹੋਤੀ ਹੈ, ਕਾਬਲਾ ਠੰਡਾ ਹੈ, ਇਹ ਗਜਰ ਕੀ ਤਰ੍ਹਾਂ ਟੁੱਟਦਾ ਹੈ, ਇਸੇ ਆਰਾਮ ਆਰਾਮ ਸੇ ਕੱਸੋ।
ਨਾਲੇ ਨੇ ਗੋਲੀ ਲੈ ਕੇ ਗਿਆ ਟਾਇਰ ਰਾਡ ਵਾਲੀ ਅਤੇ ਕਹਿੰਦੇ ਨੇ ਨਹੀਂ ਸਹੀ ਇਹ ਬੋਲਤਾ ਹੈ ਇਹ ਐਫ ਐਮ ਵਾਲਾ ਹੈ ਐਫ ਐਮ ਵਾਲਾ ਹੈ ਇਹ ਕਾਰਗੋ ਵਾਲਾ ਦਿਓ ਨਹੀਂ ਵੋ ਬੋਲਤਾ ਹੈ ਇਹ ਤੋ ਬਹੁਤ ਬੜਾ ਹੈ ਇਸਸੇ ਛੋਟਾ ਦਿਓ ਅਭੀ ਤੁਸੀਂ ਟਾਇਰ ਨਹੀਂ ਲਗਾਇਆ ਆਪਣੇ ਡਿਕਸਲ ਨਹੀਂ ਲਗਾਇਆ ਹਾਂ ਅਜ ਸੀ ਪ੍ਰਿੰਟ ਵੀ ਬੜਾ ਹੋ ਗਿਆ ਉਸਕੋ ਸਰਾਖ ਵੀ ਬੜਾ ਹੋ ਗਿਆ ਨਹੀਂ ਜੋ ਉਸਕੋ ਦੇਖੋ ਉਸਨੂੰ ਦੇ ਉਸਨੂੰ ਲੈ ਆਉਂਗਾ ਦਿਖਾਉਂਗਾ ਇਧਰ ਉਸਨੂੰ ਫਿਰ ਡਾਇਰੈਕਟ ਆਏਗਾ ਅਮਰ ਅਲੀ ਥੜੀ ਸਾ ਕੱਸੀ ਹੈ ਕੱਸਣ ਲੱਗਿਆ ਤੇ ਦੋ ਬਲਕਿ ਤਰਾਏ ਕਾਬਲੇ ਦੇ ਫਰੀ ਨਿਕਲੇ ਤਰਾਏ ਕਾਬਲੇ ਹੁਣ ਕਾਬਲਿਆਂ ਦੀ ਚੱਟੀ ਪੈ ਗਈ ਮੋੜ ਨਵੇਂ ਸਿਰੋਂ ਖੁੱਲ ਗਏ ਸਾਰੇ ਯਾ ਇੱਕ ਬਾਕੀ ਹੈ ਉਹ ਮਸ਼ੀਨ ਸੇ ਖੋਲੇਗਾ ਦੋਸਤੋ ਸਾਰਾ ਦੇ ਥਾਂ ਲੱਗ ਗਿਆ ਸਾਨੂੰ ਤੇ ਇਹਦੀ ਹੁਣ ਕੀ ਕਰਦੇ ਉਹਦੇ ਲੈਨ ਇਹਦੀ ਠੀਕ ਕਰਦੇ ਪੈਣੀ ਮਿਸਤਰੀ ਤੇ ਆਪਣੇ ਕਾਬਲੇ ਪਾ ਲੈਣੇ ਹੈਂ ਕਾਬਲੇ ਪੈਂਦੇ ਵੇ ਕਾਬਲੇ ਪਾ ਕੇ ਮੁੜੇ ਦੀ ਲੈਨ ਮੈਨ ਪ੍ਰੋਸੀ ਜੀ ਲੈਨ ਸ਼ੈਨ ਕਰਕੇ ਤੇ ਟਾਇਰ ਆਡ ਵਾਲਾ ਲਈ ਕੋਈ ਨਹੀਂ ਆਇਆ ਚਲੋ ਟਾਇਰ ਆਡ ਵਾਲਾ ਆਇਆ ਤਾਂ ਲੈਨ ਆਉਣੀ ਆ ਇਹਨੂੰ ਆਖੀ ਐਡਜਸਟ ਕਰਾ ਲਵੀ ਅਗਲੇ ਵੇਲੇ ਐਡਜਸਟ ਹੀ ਹਾਂ ਨਸਰ ਬਾਈ ਤਿਆਰੀ ਕਰ ਰਿਹਾ ਹੈ ਕੰਮ ਖਤਮ ਜਾ ਰਿਹਾ ਬਸ ਅੱਜ ਛੁੱਟੀ ਹੈ ਛੁੱਟੀ ਕਰੋ ਕਰੀ ਸਹੀ ਦਿਹਾੜੀ ਲੱਗ ਗਈ ਸ਼ੁਕਰ ਹੈ ਮੁਲਾ ਕਾ ਬਹੁਤ ਖੁਸ਼ ਹੋ ਰਬ ਸੀ ਚਲੋ ਬੜੀ ਗੱਲ ਆਪਕਾ ਕੀ ਲਾਵਾ ਰਾਤ ਤੋ ਦਵਾ ਦੇਤਾ ਹੂੰ ਨਹੀਂ ਰਾਤ ਹਮ ਜਾਏਗਾ ਦਿਲ ਸੇ ਜਾਏਗਾ ਰਾਤ ਕੋਨ ਦਿਲ ਸੇ ਮਿਹਰਬਾਨੀ ਰੋਟੀ ਕਾ ਦਵਾ ਦੇਤਾ ਹੂੰ ਸ਼ੁਕਰੀਆ ਮੰਜ਼ਰ ਬਾਠਾ ਬਸ ਆਪ ਸੇ ਬਹੁਤ ਖੁਸ਼ ਹੋ ਮਿਹਰਬਾਨੀ ਜੋ ਆਪ ਆ ਜਾਏ ਮੇਰਾ ਕੋ ਸਲਾਮ ਦੇ ਦਿਲ ਸੇ ਮਿਹਰਬਾਨੀ ਦੋਸਤੋ ਇੱਕ ਰੇਹੜੀ ਸਾਡੇ ਕੋਲ ਲੱਗੀ ਹੈ ਦੋਸਤ ਅਜੀਬ ਅਜੀਬ ਚੀਜ਼ਾਂ ਲਿਖੀ ਹੋਈਆਂ ਨੇ ਕੀ ਹੈ ਹਮਾਰੇ ਯਹਾਂ ਲੱਸੀ ਮੱਖਣ ਸ਼ਾਇਦ ਲਾਂਦੀ ਕਰੋਤ ਕਰਵਾਤੀ ਹੈ ਕਰੋਤ ਜ਼ਾਫਰਾਨ ਦੇਸੀ ਘੀ ਗਾਏ ਵਾਲੇ ਦੁੰਬਾ ਵਾਲੇ ਦੇਸੀ ਅੰਡੇ ਕੁੱਲ ਤੋਬਾ ਸਿਰਕਾ ਸਿਰਕੇ ਤੋਂ ਅਗਾ ਤਲਬੀਨਾ ਸਲਾਜੀਤ ਸਿਲਾਂਚ ਦਸਤੀਆਬ ਹੈ ਬੱਲੇ 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 ਜਾਂਦੇ ਪਏ ਤੋਂ ਵਾਪਸ ਖਾਨੂੰ ਸਹੀ ਜਾਂਦੇ ਪਏ ਇਹ ਰਾਤ ਵੇ ਰੇਹੜੀ ਦਿੱਤੀ ਹੈ ਪਤਾ ਨਹੀਂ ਕੀ ਬਲਾਂ ਹੀ ਲਈ ਵਧਾ ਬਈ